देश विदेश विच वसदियां समूह गुरु नानक नाम लेवा सिख संगतां नूं दास वलों सत्कार सहित फतेह प्रवान होवे। वाहिगुरु जी का खालसा, वाहिगुरु जी की फतेह। अज मैं संसार भर दियां आप सरबत संगतां दे नाल दो बड़े गंभीर मुद्दियां दे उत्ते कुछ विचार सांझे करने चाहुंदा। पहली गल तां श्रोमणी गुरद्वारा प्रबंधक कमेटी जा जो साडी सिखां दी सरमोवर संस्था है, साडे बजुर्गां ने शहादतां दे के इस नूं होंद विच लिआंदा, पर मौजूदा प्रबंध दे विच जिस तरह निघार आया उस तों दुनिया विच वसदा हर सिख जिहड़ा है वह चिंतित है। पिछले समय के अंदर जो निघार दियां खबरां साडे सामने आईयां ने, अखबारां विच टीवी चैनलां ते सोशल मीडिया ते घूमियां ने, बहुत ही चिंताजनक ਅਤੇ ਹਿਰਦੇ ਵੇਦਕ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਹਿਰਦੇ ਵੇਦਕ ਘਟਨਾ ਜਿਹੜੀ ਸਾਡੇ ਸਾਹਮਣੇ ਹੁਣ ਆਈ ਆ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਡੇ ਸਤਿਗੁਰ ਨੇ, ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਮੁਰੀਦ ਹੈ ਅਤੇ ਗੁਰੂ ਦੇ ਬਚਨ ਨੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਗੁੰਮ ਹੋਣ ਦਾ ਮਸਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੋਲਡਨ ਆਫਸੈਟ ਪ੍ਰੈਸ ਜੋ ਹੈ ਗੁਰਦੁਆਰਾ ਰਾਮਸਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਲਾਈ ਜਾਂਦੀ ਹੈ, ਜਿੱਥੇ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਛਪਾਈ ਹੁੰਦੀ ਹੈ, ਉਸ ਜਗ੍ਹਾ ਤੋਂ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋ ਜਾਣੇ। ਅਸੀਂ ਇੱਕ ਪਾਵਨ ਸਰੂਪ ਦੀ ਬੇਅਦਬੀ ਦੇ ਇਨਸਾਫ ਦੀ ਲੜਾਈ ਲੜ ਰਹੇ ਹਾਂ ਕਿ ਬਰਗਾੜੀ ਦੇ ਅੰਦਰ ਪੰਥ ਦੋਖੀਆਂ ਨੇ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ, ਜਿਹਦੇ ਇਨਸਾਫ ਲਈ ਜੱਦੋਜਹਿਦ ਹੋ ਰਹੀ ਹੈ। ਪੂਰੇ ਸੰਸਾਰ ਭਰ ਦੇ ਸਿੱਖ ਤਨ ਮਨ ਧਨ ਨਾਲ ਸਹਿਯੋਗ ਦੇ ਕੇ ਪੰਜਾਬ ਦੀਆਂ ਸੜਕਾਂ ਜਾਮ ਕੀਤੀਆਂ, ਧਰਨੇ ਮੁਜ਼ਾਹਰੇ ਹੋਏ, ਮੋਰਚਾ ਲੱਗਿਆ, ਸਾਰਾ ਕੁਝ ਸਾਹਮਣੇ, ਪਰ ਇੱਧਰ ਤਾਂ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਦਾ ਕੁਝ ਅਤਾ ਪਤਾ ਹੀ ਨਹੀਂ ਹੈ, ਉਹ ਸਰੂਪ ਕਿੱਥੇ ਗਏ, ਕੌਣ ਜ਼ਿੰਮੇਵਾਰ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਦੋਂ ਇਹ ਮਸਲਾ ਸਾਹਮਣੇ ਆਇਆ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੌਜੂਦਾ ਪ੍ਰਬੰਧਕਾਂ ਵੱਲੋਂ, ਅਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜੋ ਨਵਿਤਾ ਸਿੰਘ ਸੀ, ਉਹਨਾਂ ਨੂੰ ਇਸ ਕਮੇਟੀ ਦਾ ਇੰਚਾਰਜ ਲਾਇਆ ਗਿਆ। ਇੱਕ ਕਮੇਟੀ ਬਣਾਈ ਗਈ, ਸਬ ਕਮੇਟੀ ਬਣਾਈ ਗਈ, ਜਾਂਚ ਕਮੇਟੀ ਬਣਾਈ ਗਈ। ਪਰ ਜਿਸ ਤਰੀਕੇ ਦੇ ਨਾਲ ਹੁਣ ਤੱਕ ਪੜ੍ਹਨ ਸੁਣਨ ਵਿੱਚ ਆਇਆ ਅਤੇ ਜੋ ਰਿਜ਼ਲਟ ਸਾਡੇ ਸਾਹਮਣੇ ਆਉਂਦੇ ਰਹੇ ਆ, ਉਹਨਾਂ ਰਿਜ਼ਲਟਾਂ ਨੂੰ ਧਿਆਨ ਵਿੱਚ ਰੱਖਦੇ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਨਵਿਤਾ ਸਿੰਘ ਜੱਜ ਸਨ, ਉਹਨਾਂ ਨੇ ਆਪਣੇ ਪੈਰ ਪਛਾਂਹ ਖਿੱਚ ਲਏ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕ ਆਪਣੀ ਮਰਜ਼ੀ ਅਨੁਸਾਰ ਉਹਨਾਂ ਤੋਂ ਫੈਸਲਾ ਕਰਾਉਣਾ ਚਾਹੁੰਦੇ ਸਨ। ਅੱਜ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਸੁਰਖੀਆਂ ਵਿੱਚ ਛਪੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਸਲੇ ਦੀ ਜਿਹੜੀ ਜਾਂਚ ਕਮੇਟੀ ਦੇ ਮੁਖੀ ਸੀ, ਉਹਨਾਂ ਨੇ ਆਪਣੀ ਅਸਮਰੱਥਾ ਜ਼ਾਹਰ ਕੀਤੀ ਹੈ। ਕਿਉਂ? ਕਿਉਂਕਿ ਉਹਦੇ 'ਚ ਜਿਹੜੇ ਦੋਸ਼ੀ ਲੋਕ ਨੇ ਸਿੱਧੇ ਤੌਰ 'ਤੇ ਮੌਜੂਦਾ ਪ੍ਰਬੰਧਕ, ਉਹਨਾਂ ਨੇ ਆਪਣੇ ਹੱਕ 'ਚ ਰਿਪੋਰਟ ਕਰਾਉਣ ਵਾਸਤੇ ਹੋ ਸਕਦਾ ਉਹਨਾਂ 'ਤੇ ਦਬਾਅ ਬਣਾਇਆ ਹੋਵੇ, ਜਿਸ ਕਰਕੇ ਉਹ ਪਿਛਾਂ ਹਟ ਗਏ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਾਈਆਂ ਸਬ ਕਮੇਟੀਆਂ ਦਾ ਅੱਜ ਤੱਕ ਦਾ ਜਿਹੜਾ ਇਤਿਹਾਸ ਆ ਉਹ ਤੁਹਾਡੇ ਸਾਹਮਣੇ ਆ। ਜੇਕਰ ਇੱਕ ਬਰਗਾੜੀ ਕਾਂਡ ਦੇ ਵਿੱਚ, ਬਹਿਬਲ ਕੋਟਪੂਰਾ ਕਾਂਡ ਦੇ ਵਿੱਚ ਜਿਹੜਾ ਨਾਮਜ਼ਦ ਪੁਲਿਸ ਅਫਸਰ ਆ ਉਹਨੂੰ ਸਰੂਪਾ ਦੇਣ ਦਾ ਮਸਲਾ ਜਿਹੜਾ ਸੀ ਆਇਆ ਲੰਗਰ ਹਾਲ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ, ਸਰੂਪਾ ਦੇਣ ਦਾ ਮਸਲਾ ਸੰਸਾਰ ਵਿੱਚ ਸੁਰਖੀਆਂ ਬਣਿਆ, ਤਾਂ ਉਹਦੇ 'ਤੇ ਇੱਕ ਸਬ ਕਮੇਟੀ ਸ਼੍ਰੋਮਣੀ ਕਮੇਟੀ ਨੇ ਬਣਾਈ। ਜਿਹੜੀ ਸਬ ਕਮੇਟੀ ਬਣੀ ਉਹਦਾ ਇੱਕ ਵੀ ਆਪਸ ਵਿੱਚ ਇਕੱਤਰਤਾ ਉਸ ਦੀ ਨਹੀਂ ਹੋ ਸਕੀ, ਇੱਕ ਵੀ ਮੀਟਿੰਗ ਨਹੀਂ ਹੋ ਸਕੀ। ਜਿਹੜੇ ਮੁਲਜ਼ਮ ਸਨ, ਦੋਸ਼ੀ ਜਿਹੜੇ ਨਾਮਜ਼ਦ ਕੀਤੇ ਸੀ ਕਿ ਆਹ ਬੰਦਿਆਂ ਨੇ ਇਸ ਤਰ੍ਹਾਂ ਕਿਉਂ ਕੀਤਾ, ਉਹਨਾਂ ਨੂੰ ਪੰਜਾਬੋਂ ਬਾਹਰ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ, ਅਤੇ ਸਬ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਹੋਈ, ਅਤੇ ਉਹਨਾਂ ਦੋਨਾਂ ਨੂੰ, ਇੱਕ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਲੈ ਆਉਂਦਾ ਮੈਨੇਜਰ ਨੂੰ, ਅਤੇ ਇੱਕ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੈ ਆਉਂਦਾ। ਉਹ ਪੰਜਾਬ 'ਚ ਆ ਗਏ, ਹੋ ਸਕਦਾ ਹੁਣ ਤੱਕ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹੀ ਪਹੁੰਚ ਗਏ ਹੋਣ, ਨਹੀਂ ਤਾਂ ਅਜੇ ਦੋਨਾਂ ਤਖ਼ਤਾਂ ਦੇ ਉੱਤੇ ਉਹਨਾਂ ਦੀ ਡਿਊਟੀ ਲੱਗ ਗਈ। ਜਿਹੜੇ ਸਿੱਧੇ ਤੌਰ 'ਤੇ ਦੋਸ਼ੀ ਜਿਹੜੇ ਸੀਗੇ ਉਸ ਵੇਲੇ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਸਿੱਖ ਸੰਗਤਾਂ ਦੇ ਅੱਥਰੂ ਪੂੰਝਣ ਵਾਸਤੇ ਇੱਕ ਸਬ ਕਮੇਟੀ ਬਣੀ। ਸਬ ਕਮੇਟੀ ਬਣੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਚਾਰ 'ਤੇ। ਉਹ ਸਬ ਕਮੇਟੀ ਦੀ ਰਿਪੋਰਟ ਕੀ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਜਨਤਕ ਨਹੀਂ ਕੀਤੀ? ਉਹਨਾਂ ਰਿਪੋਰਟ ਦਿੱਤੀ ਨਹੀਂ ਦਿੱਤੀ? ਜੇ ਦੇ ਦਿੱਤੀ ਆ ਤਾਂ ਉਹਦੇ 'ਤੇ ਫੈਸਲਾ ਕਿਉਂ ਨਹੀਂ ਅਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ? ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਬੜੀਆਂ ਆਸਾਂ ਲਾ ਕੇ ਬੈਠੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਫੈਸਲਾ ਦੇ ਦੇਣਾ, ਬੜੇ ਬਿਆਨਬਾਜ਼ੀ ਉਹਨਾਂ ਨੇ ਕੀਤੀ ਹੈ ਪਿਛਲੇ ਸਮੇਂ 'ਚ ਸਿੱਖ ਮੁੱਦਿਆਂ ਦੇ ਉੱਤੇ, ਪਰ ਰਿਜ਼ਲਟ ਤੁਹਾਡੇ ਸਾਹਮਣੇ ਆ, ਕੇਵਲ ਬਿਆਨਬਾਜ਼ੀ, ਰਿਜ਼ਲਟ 0 ਆ।
ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਦੀ ਪੁਸਤ ਬਣਾਈ ਤੋਂ ਬਿਨਾਂ ਕੋਈ ਕੰਮ ਨਹੀਂ। ਕਿੱਥੇ ਗਈ ਉਹ ਸਬ ਕਮੇਟੀ? ਸਬ ਕਮੇਟੀ ਬਣਾਉਣੀ ਚਾਹੀਦੀ ਸੀ ਸੌਦਾ ਸਾਧ ਨੂੰ, ਜਿਹੜਾ ਮਾਫ਼ੀਨਾਮਾ ਦਿੱਤਾ ਗਿਆ, ਕਿਹੜੇ ਕਿਹੜੇ ਜਥੇਦਾਰ, ਕਿਹੜੇ ਕਿਹੜੇ ਅਕਾਲੀ ਲੀਡਰ ਉਹਦੇ ਵਿੱਚ, ਕੌਣ ਸੀ ਉਹਦੇ ਵਿੱਚ ਸੌਦਾ ਸਾਧ ਜਾਂ ਕੋਈ ਫਿਲਮੀ ਐਕਟਰ ਜਾਂ ਮੌਜੂਦਾ ਉਸ ਵੇਲੇ ਦੇ ਅਕਾਲੀ ਜਿਹੜੇ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ, ਕੌਣ ਸੀਗੇ ਜ਼ਿੰਮੇਵਾਰ? ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਜਾਂ ਹੋਰ? ਇਹਦੇ 'ਤੇ ਸਬ ਕਮੇਟੀ ਬਣਨੀ ਚਾਹੀਦੀ, ਪਰ ਇਹਦੇ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਨਹੀਂ ਬਣਾਈ। ਚਲੋ, ਜੋ ਸਬ ਕਮੇਟੀਆਂ ਦਾ ਹਸ਼ਰ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਸਿੱਖਾਂ ਦੇ ਅੱਥਰੂ ਪੂੰਝਣ ਵਾਸਤੇ ਕੇਵਲ ਵਕਤੀ ਤੌਰ 'ਤੇ ਇਹ ਜਿਹੜੀ ਹੈਗੀਆਂ ਕਮੇਟੀਆਂ ਬਣਦੀਆਂ ਨੇ ਮਾਮਲੇ ਨੂੰ ਉਲਝਾਉਣ ਵਾਸਤੇ, ਪਾਸੇ ਲਿਜਾਣ ਲਈ, ਇਧਰੋਂ ਧਿਆਨ ਡਾਈਵਰਟ ਕਰਨ ਵਾਸਤੇ ਕੌਮ ਦਾ। ਹੁਣ ਜਿਹੜੀ ਜੱਜ ਨਵਤਾ ਸਿੰਘ ਜਦੋਂ ਵਾਪਸ ਹੋਏ ਆ ਇਸ ਜਾਂਚ ਤੋਂ, ਤਾਂ ਸਾਰਾ ਫੁੱਲ ਫਲੈਜਰ ਜ਼ਿੰਮੇਵਾਰੀ ਜਿਹੜੀ ਆ ਉਹ ਭਾਈ ਈਸਰ ਸਿੰਘ ਹੈਦਰਾਬਾਦ ਨੂੰ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ। ਭਾਈ ਈਸਰ ਸਿੰਘ ਜੀ ਦਾ ਪਿਛਲਾ ਜਿਹੜਾ ਰਿਕਾਰਡ ਬੜਾ ਵਧੀਆ ਰਿਹਾ, ਉਹਨਾਂ ਨੇ ਦੱਖਣ ਦੇ ਵਿੱਚ ਕਾਫੀ ਸੇਵਾਵਾਂ ਕੀਤੀਆਂ, ਦੱਖਣ 'ਚ ਉਹਨਾਂ ਦਾ ਮਾਣ ਸਨਮਾਨ। ਅੱਜ ਕੱਲ੍ਹ ਉਹ ਗੁਰਦੁਆਰਾ ਬੁੰਗਾ ਮਸਤੂਆਣਾ ਜਿਹੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਆ ਉੱਥੇ ਉਹ ਰਹਿੰਦੇ ਆ, ਉਸ ਸੰਸਥਾ ਦੇ ਵਿੱਚ ਵੀ ਅਹੁਦੇਦਾਰ ਆ ਬੁੰਗਾ ਮਸਤੂਆਣੇ ਦੇ ਵਿੱਚ। ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਕੋਠੀ ਜੋ ਤਖ਼ਤ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨੇ ਦਿੱਤੀ, ਉੱਥੇ ਰੋਜ਼ ਆਉਣਾ ਜਾਣਾ ਉਹਨਾਂ ਦਾ, ਬੜੀ ਨਿੱਘੀ ਦੋਸਤੀ ਆ, ਬੜੀ ਫਰੈਂਡਸ਼ਿਪ ਆ। ਭਾਈ ਈਸਰ ਸਿੰਘ ਹੈਦਰਾਬਾਦ, ਉਹਨਾਂ ਨੂੰ ਇਸ ਕਮੇਟੀ, ਜਾਂਚ ਕਮੇਟੀ ਜਿਹੜੀ ਕਿ ਜਿਹਦੇ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਜ਼ਿੰਮੇਵਾਰ ਹੋਣ, ਵੱਡੇ ਵੱਡੇ ਆਗੂ ਜ਼ਿੰਮੇਵਾਰ ਹੋਣ, ਉਹਦੀ ਜਾਂਚ ਭਾਈ ਈਸਰ ਸਿੰਘ ਕਰਨਗੇ, ਬੜੀ ਹੈਰਾਨੀ ਹੁੰਦੀ ਹੈ। ਮੈਂ ਭਾਈ ਈਸਰ ਸਿੰਘ ਨੂੰ ਵੀ, ਹੈਦਰਾਬਾਦ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਉਹ ਕਾਲਖ ਨਾ ਲਵਾਉਣ ਆਪਣੇ ਉੱਪਰ, ਕਿਉਂਕਿ ਜਿਹੜਾ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਕ 'ਚ ਲੈਣਾ, ਜਦੋਂ ਤੁਸੀਂ ਇਹਨਾਂ ਦੇ ਹੱਕ 'ਚ ਫੈਸਲਾ ਦਿਓਗੇ ਤਾਂ ਜਿਹੜਾ ਤੁਹਾਡਾ ਮਾਣ ਸਨਮਾਨ ਕੋਈ ਕੌਮ ਦੇ ਵਿੱਚ ਹੈਗਾ ਉਹਨੂੰ ਤੁਸੀਂ ਖਤਮ ਕਰ ਲਵੋਗੇ। ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਟੈਕਨੋਲੋਜੀ ਨਾਲ ਜੁੜੇ ਹੋ, ਮੌਜੂਦਾ ਸਮੇਂ ਦੇ ਅੰਦਰ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਫਰੈਂਡਸ਼ਿਪ ਰੱਖਣੀ, ਦੋਸਤੀ ਰੱਖਣੀ ਉਹ ਵੱਖਰੀ ਗੱਲ ਆ, ਜੀ ਜੀ ਸਦਕੇ ਰੱਖੋ, ਜੁਗ ਜੁਗ ਰੱਖੋ, ਪਰ ਉਹਨਾਂ ਦੇ ਕਿਸੇ ਕਾਲੇ ਕਰਮ ਦਾ ਹਿੱਸਾ ਬਣੋ ਤੁਸੀਂ। SGPC ਦੇ ਜਿਹੜੇ ਜ਼ਿੰਮੇਵਾਰ ਨੇ ਇਸ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਗੁੰਮ ਕਰਨ ਦੇ ਦੋਸ਼ੀ ਨੇ, ਉਹਨਾਂ ਨੂੰ ਬਚਾਉਣ ਲਈ ਅਤੇ ਉਹਦੇ ਵਾਸਤੇ ਤੁਸੀਂ ਸਦਾ ਕੌਮ ਲਈ ਜਵਾਬਦੇਹ ਹੋਵੋਗੇ। ਅਤੇ ਜਿੱਦਾਂ ਸੌਦਾ ਸਾਧ ਨੂੰ ਮਾਫ਼ੀਨਾਮਾ ਦੇ ਕੇ ਗਿਆਨੀ ਗੁਰਬਚਨ ਸਿੰਘ ਜਾਂ ਗਿਆਨੀ ਗੁਰਮੁਖ ਸਿੰਘ ਜਾਂ ਗਿਆਨੀ ਮੱਲ ਸਿੰਘ ਨੇ, ਭਾਵੇਂ ਕਿ ਉਹ ਵੀ ਬੜੇ ਸੁਹਿਰਦ ਸੀਗੇ, ਬੜੇ ਵਿਦਵਾਨ ਸੀ ਗਿਆਨੀ ਮੱਲ ਸਿੰਘ ਹੋਣੀ, ਗਿਆਨੀ ਗੁਰਮੁਖ ਸਿੰਘ ਹੋਣੀ, ਪਰ ਜਿਸ ਤਰ੍ਹਾਂ ਉਹਨਾਂ ਨੇ ਮਾਫ਼ੀਨਾਮਾ ਦੇ ਕੇ ਕਾਲ ਖਲਵਾ ਲਈ ਆਪਣੇ ਨਾਂ 'ਤੇ ਸਦਾ ਵਾਸਤੇ, ਇਸੇ ਤਰ੍ਹਾਂ ਭਾਈ ਈਸਰ ਸਿੰਘ ਜੀ ਤੁਸੀਂ ਵੀ ਆਪਣੇ ਨਾਂ 'ਤੇ ਕਾਲ ਖਲਵਾ ਲਵੋਗੇ। ਇਸ ਕਰਕੇ ਤੁਹਾਨੂੰ ਇਸ ਜਾਂਚ ਕਮੇਟੀ ਦੇ ਇਹ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਇਸ ਤੋਂ ਪਿਛਾਂ ਹਟ ਜਾਣਾ ਚਾਹੀਦਾ, ਕਿਉਂਕਿ ਇਹਨਾਂ ਨੇ ਮਰਜ਼ੀ ਨਾਲ ਫੈਸਲਾ ਆਪਣੀ ਮਰਜ਼ੀ ਨਾਲ ਕਰਾਉਣਾ, ਅਤੇ ਆਪਣੀ ਮਰਜ਼ੀ ਦਾ ਫੈਸਲਾ ਕਰਾਉਣ ਵਾਸਤੇ ਹੀ ਉਹਨਾਂ ਨੇ ਤੁਹਾਨੂੰ ਲਾਇਆ ਗਿਆਨੀ ਹਰਪ੍ਰੀਤ ਸਿੰਘ ਨੇ। ਸੋ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਇਸ ਚੀਜ਼ ਨੂੰ ਰਿਜੈਕਟ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ 267 ਸਰੂਪਾਂ ਦੇ ਗੁੰਮ ਹੋਣ 'ਤੇ ਰਾਜਨੀਤੀ ਕਰ ਰਹੀ ਆ, ਇਹਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹਦਾ ਦੁੱਧ ਆ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆਉਣਾ ਚਾਹੀਦਾ ਕਿ ਆਖਰ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕ ਇਹਦੇ ਲਈ ਪੂਰੇ ਜ਼ਿੰਮੇਵਾਰ ਆ, ਜਿਨ੍ਹਾਂ ਦੇ ਕਾਰਜਕਾਲ ਦੇ ਵਿੱਚ ਇਹ ਪਾਵਨ ਸਰੂਪ ਗੁੰਮ ਹੋਏ ਆ। ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ, ਜੋ UAPA ਐਕਟ ਦੀ ਦੁਰਵਰਤੋਂ ਹੋ ਰਹੀ ਆ, ਇਹ ਦੁਰਵਰਤੋਂ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਪਿਛਲੇ 10 ਸਾਲ ਜਿਹੜੀ ਬਾਦਲ ਰਾਜ ਰਿਹਾ, ਬਾਦਲ ਸਰਕਾਰ ਰਹੀ ਆ, ਉਹਨਾਂ ਨੇ ਸ਼ੁਰੂ ਕੀਤੀ। 60-70 ਦੇ ਕਰੀਬ ਪਰਚੇ ਬਾਦਲ ਸਰਕਾਰ ਦੇ ਵਿੱਚ UAPA ਐਕਟ ਦੇ ਅਧੀਨ ਦਰਜ ਹੋਏ। 200-250 ਬੰਦਿਆਂ ਦੀ ਗ੍ਰਿਫਤਾਰੀ ਹੋਈ, ਇਹਦੇ ਵਿੱਚ 100-150 ਦਾ ਬਰੀ ਹੋਇਆ, ਬਾਕੀਆਂ ਦੇ ਕੇਸ ਅਜੇ ਵੀ ਚੱਲ ਰਹੇ ਆ। ਇਹ UAPA ਐਕਟ ਦੀ ਸ਼ੁਰੂਆਤ ਜਿਹੜੀ, ਜਿਸ ਤਰ੍ਹਾਂ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਬਾਬਾ ਬੂਝਾ ਸਿੰਘ ਨੂੰ, ਜਿਹੜੇ ਨਕਸਲਾਈਟ ਸੀਗੇ, ਆਪਣਾ ਇੱਥੇ ਲਹਿਰ ਚਲਾਉਂਦੇ ਸੀ, ਉਹਨਾਂ ਦੇ ਆਗੂ ਸੀ, ਮੋਢੀ ਸੀਗੇ, ਉਹਨਾਂ ਦਾ ਝੂਠਾ ਮੁਕਾਬਲਾ ਬਾਦਲ ਰਾਜ ਦੇ ਵਿੱਚ ਹੋਇਆ ਜਦੋਂ ਪਹਿਲੀ ਬਾਦਲ ਸਰਕਾਰ ਬਣੀ ਹੈ। ਸੋ ਇਸੇ ਤਰ੍ਹਾਂ ਜਿਵੇਂ ਝੂਠੇ ਮੁਕਾਬਲੇ ਬਾਅਦ ਵਿੱਚ ਬੇਅੰਤ ਸਿੰਘ, KPS ਗਿੱਲ ਦੇ ਰਾਜ 'ਚ ਹੋਏ, ਇਸੇ ਤਰ੍ਹਾਂ ਇਹ ਜਿਹੜੇ UAPA ਐਕਟ ਆ, ਭਾਵੇਂ 1967 ਦਾ ਬਣਿਆ ਹੋਇਆ, ਪਰ ਇਹਦੀ ਦੁਰਵਰਤੋਂ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਦੋਂ ਹੋਮ ਮਿਨਿਸਟਰ ਸੀ ਉਹਨੇ ਸ਼ੁਰੂ ਕੀਤੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਔਰ ਮੇਰੇ ਸਮੇਤ ਹੋਰ ਬਹੁਤ ਸਾਰੇ ਸਿੱਖ ਆਗੂਆਂ ਨੂੰ ਨਜਾਇਜ਼ ਤੌਰ 'ਤੇ UAPA ਐਕਟ ਦੀ ਦੁਰਵਰਤੋਂ ਕਰਕੇ, ਅਨਲਾਫੁਲ ਐਕਟੀਵਿਟੀ ਜਿਹੜੀ ਹੈ, ਪ੍ਰੋਵਿੰਸ਼ਲ ਐਕਟ, ਇਹਦੀ ਦੁਰਵਰਤੋਂ ਕਰਕੇ 5-5 ਮਹੀਨੇ ਸਾਨੂੰ ਵੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਰੱਖਿਆ ਇਸ ਐਕਟ ਦੀ ਦੁਰਵਰਤੋਂ ਕਰਕੇ। ਇੱਕ ਵਿਦੇਸ਼ੀ ਸਿੱਖ ਟਾਰਗੇਟ ਕਿਲਿੰਗ ਦੇ ਮਸਲੇ ਦੇ ਅੰਦਰ ਭਾਈ ਜਗਤਾਰ ਸਿੰਘ ਜੱਗੀ ਜੌਹਲ, ਇੰਗਲੈਂਡ ਨਿਵਾਸੀ, ਉਹਨੂੰ ਪਿਛਲੇ 1000 ਤੋਂ ਵੱਧ ਦਿਨ ਹੋ ਗਿਆ, ਉਹਨੂੰ ਨਜ਼ਰਬੰਦ ਕੀਤਾ, 3-4 ਸਾਲ ਹੋ ਚੱਲੇ ਆ,
ਪਰ ਅਜੇ ਤੱਕ ਉਹਦੇ 'ਤੇ ਸਬੂਤ ਪੇਸ਼ ਨਹੀਂ ਕਰ ਸਕੇ। ਜਿਹੜਾ UAP ਐਕਟ ਦੇ ਅਧੀਨ ਹੁੰਦਾ ਉਹਦੀ ਜ਼ਮਾਨਤ ਨਹੀਂ ਹੋਣ ਦਿੰਦੇ, ਇਹਦੀ ਦੁਰਵਰਤੋਂ। ਪਹਿਲਾਂ ਵੀ KPS ਗਿੱਲ ਨੇ ਪੰਜਾਬ ਨੂੰ ਪੁਲਿਸ ਰਾਜ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ, ਬਹੁਤ ਘਾਣ ਕੀਤਾ। ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਰਾਜ ਦੀ ਦੁਰਵਰਤੋਂ ਸ਼ੁਰੂ ਹੋਈ, ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹਦੀ ਦੁਰਵਰਤੋਂ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚਾਹੀਦਾ ਇਹਦੀ ਦੁਰਵਰਤੋਂ ਤੁਰੰਤ ਬੰਦ ਕੀਤੀ ਜਾਵੇ। ਜਿਹੜੇ ਇਸ ਐਕਟ ਦੇ ਅਧੀਨ ਨੌਜਵਾਨ ਫੜੇ ਗਏ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਰਿਹਾਅ ਕੀਤਾ ਜਾਵੇ। ਤਾਂ ਹੀ ਅੱਜ ਸੁਖਬੀਰ ਸਿੰਘ ਬਾਦਲ ਅਤੇ ਉਹਦੀ ਪਾਰਟੀ ਇਸ ਐਕਟ ਦੇ ਵਿਰੁੱਧ ਨਹੀਂ ਬੋਲ ਰਹੇ, ਕਿਉਂਕਿ ਉਹਨਾਂ ਨੇ ਖੁਦ ਜਿਹੜਾ ਹੈਗਾ ਇਹਦੀ ਦੁਰਵਰਤੋਂ ਕੀਤੀ ਆਪਣੇ ਰਾਜ ਦੇ ਦੌਰਾਨ। ਚਾਹੇ ਭਾਈ ਜਗਤਾਰ ਸਿੰਘ ਜੱਗੀ ਚੌਲ ਆ, ਚਾਹੇ ਹੋਰ ਕਿੰਨੇ ਸਿੱਖ ਆ, ਪਿਛਲੇ ਦਿਨਾਂ 'ਚ ਇੱਕ ਭਾਈ ਲਵਪ੍ਰੀਤ ਸਿੰਘ ਦੀ ਮੌਤ ਹੋਈ ਰੱਤਾ ਖੇੜਾ ਦੀ, ਔਰ ਇਹ ਸਾਰਾ ਜਿਹੜਾ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ, ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ, ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਆ, ਵਿਦਆਊਟ ਵਾਇਲੈਂਸ ਆਪਣਾ ਜੀਣਾ ਚਾਹੁੰਦੇ, ਆਪਣਾ ਕੰਮ ਕਾਰ ਕਰਨਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਭਾਈਚਾਰੇ ਨਾਲ। ਸਮੂਹ ਲੋਕਾਂ ਨੇ ਚਾਹੇ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਬੁੱਧੀ ਆ, ਜੈਨੀ ਆ, ਸਾਰੇ ਭਾਈਚਾਰੇ ਨਾਲ ਰਹਿਣਾ ਚਾਹੁੰਦੇ ਆ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕੈਪਟਨ ਸਰਕਾਰ ਇਸ ਐਕਟ ਦੀ ਤੁਰੰਤ ਜਿਹੜੀ ਆ ਉਹ ਰੋਕਥਾਮ ਕਰੇ, ਇਹਦੀ ਦੁਰਵਰਤੋਂ ਬੰਦ ਕਰੇ, ਕੇਂਦਰ ਨੂੰ ਸਗੋਂ ਚਿੱਠੀ ਲਿਖੇ। ਔਰ ਜਿਹੜੇ ਕਾਂਗਰਸ ਸਰਕਾਰ ਦੇ ਵੀ MP ਬੋਲ ਰਹੇ ਆ ਕਿ UAP ਐਕਟ ਜਿਹੜਾ ਗਲਤ ਆ, ਉਹਨਾਂ ਨੂੰ ਕੇਵਲ ਬੋਲਣ ਤੱਕ ਸੀਮਤ ਨਹੀਂ, ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਕਿ ਇਸ ਦੀ ਦੁਰਵਰਤੋਂ ਜਿਹੜੀ ਇਸ ਕਾਨੂੰਨ ਦੀ ਉਹ ਤੁਰੰਤ ਬੰਦ ਹੋਣੀ ਚਾਹੀਦੀ ਹੈ। ਔਰ ਜਿਹੜੇ ਇਸ UAP ਐਕਟ ਦੇ ਅਧੀਨ ਪੰਜਾਬ ਵਿੱਚ ਨੌਜਵਾਨ ਨਜ਼ਰਬੰਦ ਕੀਤੇ ਆ ਉਹਨਾਂ ਨੂੰ ਤੁਰੰਤ ਰਿਹਾਅ ਜਿਹੜਾ ਉਹ ਕਰਨਾ ਚਾਹੀਦਾ। ਅਤੇ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਰਾਜ 'ਚ ਇਹਦੀ ਸ਼ੁਰੂਆਤ ਹੋਈ ਹੈ, ਤਾਂ ਹੀ ਇਸ ਐਕਟ ਦੇ ਖਿਲਾਫ ਬੋਲਦੇ ਨਹੀਂ ਆ, ਨਾ ਇਹਨਾਂ ਦਾ ਕੋਈ ਰੋਸ ਪ੍ਰਦਰਸ਼ਨ, ਨਾ ਕੋਈ ਮੁਜ਼ਾਹਰਾ। ਇੱਕ ਵੀਰਪਾਲ ਕੌਰ ਡੇਰੇ ਦੀ ਜਿਹੜੀ ਭਗਤਣੀ ਸੀ, ਡੇਰੇ ਵਾਲੇ ਕਹਿੰਦੇ ਸਾਡੀ ਹੈ ਨਹੀਂ ਆ, ਉਹਦੇ 'ਤੇ ਦੇਖੋ ਸੁਖਬੀਰ ਬਾਦਲ ਪਰਚਾ ਦਰਜ ਕਰਾਉਣ ਲਈ ਚਲੇ। ਹੋਣਾ ਚਾਹੀਦਾ ਜਿਹੜਾ ਸਾਡੇ ਗੁਰੂਆਂ ਦੀ ਤੁਲਨਾ ਪਖੰਡੀ ਗੁਰਮੀਤ ਰਾਮ ਰਹੀਮ ਨਾ ਕਰੂ, ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ਪਰ ਸੁਖਬੀਰ ਬਾਦਲ ਉਹਦੇ 'ਤੇ ਪਰਚਾ ਦਰਜ ਕਰਾਉਣ ਜਾਵੇ ਤਾਂ ਕਹਿਣਾ ਪਊਗਾ ਜਿਵੇਂ ਸ਼ੈਤਾਨ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ, ਜਿਨ੍ਹਾਂ ਨੇ ਆਪ ਸਾਰਾ ਕੁਛ ਸੌਦਾ ਸਾਧ ਨੂੰ ਮਾਫ਼ੀਨਾਮਾ ਦਿੱਤਾ। ਸੌਦਾ ਸਾਧ ਦਾ ਬਠਿੰਡੇ ਵਾਲਾ ਕੇਸ ਜਿਹੜਾ ਸੀ ਭਾਵਨਾਵਾਂ ਭੜਕਾਉਣ ਦਾ, ਉਹ ਰੱਦ ਕੀਤਾ, ਅਤੇ ਹੋਰ ਬਹੁਤ ਡੇਰੇ ਦੀ ਪੁਸਤ ਪੜ੍ਹਾਈ ਕੀਤੀ, ਉਹਦੀ ਫਿਲਮ ਦੇ ਪੋਸਟਰਾਂ ਨੂੰ 8-8, 10-10 ਮੁਲਾਜ਼ਮ ਲਾ ਕੇ ਉਹਦੇ ਪੋਸਟਰਾਂ ਦੀ ਰਾਖੀ ਕੀਤੀ। ਇਹ ਸਾਰਾ ਕੁਝ ਡੇਰਿਆਂ ਨੂੰ, ਉਹਦੇ ਜਿਹੜੇ ਇੱਟਾਂ ਦੇ ਡੇਰੇ ਖੜ੍ਹੇ, ਕੋਈ ਉੱਥੇ ਧਰਮ ਗ੍ਰੰਥ ਨਹੀਂ, ਕੋਈ ਐਸੀ ਗੱਲ ਨਹੀਂ, ਉਹਦੇ ਮਿੱਟੀ ਇੱਟਾਂ ਦੇ ਜਿਹੜੇ ਡੇਰੇ ਸੀਗੇ, ਸ਼ੈੱਡ ਪਾਏ ਹੋਏ, ਕੰਧਾਂ ਦੀ ਰਾਖੀ ਜਿਹੜੀ ਆ, ਮਿੱਟੀ ਦੀ ਰਾਖੀ ਜਿਹੜੀ ਆ, ਸੁਖਬੀਰ ਬਾਦਲ ਨੇ ਪੰਜਾਬ ਪੁਲਿਸ ਤੋਂ ਕਰਵਾਈ ਹੈ। ਸੋ ਇਸ ਕਰਕੇ ਇਹਦੇ 'ਚ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਦੋਸ਼ੀ ਹੈ। ਉਹ ਕਿਸੇ 'ਤੇ ਕੀ ਪਰਚਾ ਕਰਾਊਗਾ, ਉਹਦੇ 'ਤੇ ਖੁਦ 'ਤੇ ਪਰਚਾ ਹੋਣਾ ਚਾਹੀਦਾ ਇਹੋ ਜਿਹਾ ਕਿ ਉਹਨੇ ਸੌਦਾ ਸਾਧ ਦੀ ਪੁਸਤ ਪੜ੍ਹਾਈ ਕੀਤੀ ਹੈ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਮੂਹ ਸੰਗਤਾਂ ਨੂੰ ਕਿ ਇਹਨਾਂ ਲੋਕਾਂ ਦੇ ਸਿਆਸੀ ਪੈਂਤੜਿਆਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਅਤੇ ਸਰਕਾਰ ਨੂੰ ਤੁਰੰਤ ਇਹਦੀ ਦੁਰਵਰਤੋਂ ਜਿਹੜੀ ਆ ਉਹ ਰੋਕਣੀ ਚਾਹੀਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।